ਤੇ ਭਾਈ ਸਾਹਿਬ ਜੀ ਪਹੁੰਚ ਨਹੀਂ ਸਕੇ। ਸੋ ਐਸ ਹੀ ਨਗਰ ਦੇ ਵਿੱਚ ਭਾਈ ਸਾਹਿਬ ਜੀ ਦੇ ਫਿਰ ਦਰਸ਼ਨ ਆ ਰਹੇ ਨੇ। ਇਹ ਵੀ ਇੱਕ ਵੱਡੇ ਭਾਗਾਂ ਵਾਲੀ ਇਸ ਨਗਰ ਵਾਸਤੇ ਗੱਲ ਹੈ। ਨੌਜਵਾਨ ਵੀਰਾਂ ਦੀ ਵੀ ਇਹ ਵੱਡੀ ਮੰਗ ਸੀ। ਸੋ ਮੈਂ ਬਹੁਤਾ ਸਮਾਂ ਨਾ ਲਵਾਂ, ਆਓ ਸਿੱਖ ਕੌਮ ਦੇ ਸਤਿਕਾਰਯੋਗ ਮਹਾਨ ਵਿਦਵਾਨ ਕੀਰਤਨੀਏ ਭਾਈ ਸਾਹਿਬ ਭਾਈ ਸਤਵਿੰਦਰ ਸਿੰਘ ਜੀ, ਭਾਈ ਹਰਵਿੰਦਰ ਸਿੰਘ ਜੀ ਦਿੱਲੀ ਵਾਲੇ, ਆਪ ਸੰਗਤਾਂ ਦੇ ਸਨਮੁਖ ਸਟੇਜ ਤੇ ਸੁਸ਼ੋਭਿਤ ਹੋ ਕਰਕੇ ਸਾਸ਼ਨ ਕਰ ਰਹੇ ਨੇ। ਆਪ ਜੀ ਵਾਸਤੇ ਸਮੇਂ ਦੀ ਕੋਈ ਸੀਮਾ ਨਹੀਂ, ਜਿਤਨਾ ਸਮਾਂ ਬਚਾਉਣ ਵੱਧ ਤੋਂ ਵੱਧ ਆਪ ਜੀ ਸੰਗਤਾਂ ਨੂੰ ਹਰ ਜਸ ਕੀਰਤਨ ਦੁਆਰਾ ਗੁਰੂ ਚਰਨਾਂ ਨਾਲ ਜੋੜਨ ਦੀ ਕਿਰਪਾ ਕਰਨਗੇ ਜੀ। ਸਤਿਕਾਰ ਸਹਿਤ ਸਰਵ ਕਰੋ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ। ਰੁੱਤ ਆਈ ਮੇਰੇ ਸ
Satvinder, singh.
ਬੜੇ ਲੰਬੇਰੇ ਸਮੇਂ ਤੋਂ ਕੀਤਾ ਜਾ ਰਿਹਾ
ਦਾਸ ਨੂੰ ਲਗਭਗ 30 ਸਾਲ ਕੀਰਤ ਕਰਦਿਆਂ ਹੋਵੇ ਬੜੇ ਐਸੇ ਦੁਨੀਆ ਦੇ ਪ੍ਰੋਗਰਾਮ ਵੇਖੇ ਵੀ ਜਿਹੜੇ ਸਾਲ ਦੋ ਸਾਲ ਤਿੰਨ ਸਾਲ ਚਾਰ ਸਾਲ ਪੰਜ ਸਾਲ ਚੱਲਦੇ ਹੁੰਦੇ ਉਸ ਤੋਂ ਬਾਅਦ ਉਹ ਜਿਹੜੀ ਮੁਹਿੰਮ ਹੈ ਉਹ ਇੱਕ ਜਗ੍ਹਾ ਆ ਕੇ ਰੁਕ ਜਾਂਦੀ ਹੈ ਜਿੱਥੋਂ ਤੱਕ ਮੈਨੂੰ ਯਾਦ ਹੈ ਲਗਭਗ 97-98 ਤੋਂ ਦਾਸ ਦੀ ਸਾਂਝ ਬਾਬਾ ਜੀ ਨਾਲ ਮੈਨੂੰ ਪਤਾ ਵੀ ਨਹੀਂ ਸੀ ਕਿ ਮਾਂ ਕੌਣ ਹਨ ਅਸੀਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਅੰਤਲੀ ਸੇਵਾ ਕੀਤੀ ਮੇਰਾ ਖਿਆਲ ਉਦੋਂ ਲਾਈਵ ਚਾਲੂ ਹੋ ਚੁੱਕਾ ਸੀ ਉਹਨਾਂ ਨੇ ਆਪਣੇ ਘਰੋਂ ਟੀਵੀ ਤੇ ਸਾਨੂੰ ਵੇਖਿਆ ਤੇ ਸਮਾਪਤੀ ਹੋਣ ਤੋਂ ਪਹਿਲਾਂ ਦਰਬਾਰ ਸਾਹਿਬ ਪਹੁੰਚੇ ਬਾਬਾ ਉੱਥੇ ਮਿਲੇ ਮੈਨੂੰ ਇਹ ਗੱਲ ਕਹਿਣ ਵਿੱਚ ਵੀ ਕੋਈ ਹਰਜ ਨਹੀਂ ਕਿ ਜਿਹੜੇ ਕਿਰਤਨੀ ਹੁੰਦੇ ਹਨ ਉਹ ਬੜੀਆਂ ਗੱਲਾਂ ਤੋਂ ਕਈ ਵਾਰੀ ਡਰਦੇ ਵੀ ਨਹੀਂ ਪਰ ਕਈ ਵਾਰੀ ਕਈਆਂ ਗੱਲਾਂ ਦੀ ਸਮਝ ਵੀ ਨਹੀਂ ਹੁੰਦੀ ਅਣਗਹਿਲੀ ਵਿੱਚ ਵੀ ਕਈ ਗਲਤੀਆਂ ਹੋ ਜਾਂਦੀਆਂ ਨੇ ਸੋ ਮੇਰੇ ਕੋਲੋਂ ਵੀ ਇਸ ਤਰੀਕੇ ਦੇ ਨਾਲ ਬਾਬਾ ਜੀ ਨੂੰ ਅਣਗੌਲਿਆਂ ਜਿਹਾ ਕੀਤਾ ਗਿਆ ਵੀ ਠੀਕ ਹੈ ਮਿਲਣ ਵਾਲੇ ਬਥੇਰੇ ਆਉਂਦੇ ਨੇ ਕਿੰਨੀਆਂ ਮਿਲਦੀ ਹੈ ਸਾਰੇ ਕਹਿੰਦੇ ਨੇ ਵੀ ਬੜਾ ਵਧੀਆ ਕੀਰਤਨ ਕੀਤਾ ਅਸੀਂ ਤੁਹਾਡੇ ਫੈਨ ਹਾਂ ਅਸੀਂ ਤੁਹਾਨੂੰ ਸੁਣਦੇ ਹਾਂ ਇਹ ਸਾਡੇ ਵਾਸਤੇ ਨੋਰਮਲ ਜੀ ਗੱਲ ਬਾਅਦ ਵਿੱਚ ਭਾਈ ਨਿਰਮਲ ਸਿੰਘ ਜੀ ਖਾਲਸਾ ਮਨਜ਼ੂਰੀ ਕੀਤੀ ਹੈ ਸੱਚਖੰਡ ਦਰਬਾਰ ਸਾਹਿਬ ਜੀ ਨੇ ਉਹਨਾਂ ਦੇ ਬ੍ਰਦਰ ਭਾਈ ਜਸਵੀਰ ਸਿੰਘ ਜੀ ਅੱਜ ਕੱਲ੍ਹ ਯੂਕੇ ਵਿੱਚ ਰਹਿੰਦੇ ਉਹਨਾਂ ਦੀ ਬੱਚੀ ਦਾ ਵਿਆਹ ਸੀ ਤਾਂ ਆਨੰਦ ਕਾਰਜ ਅਸੀਂ ਕਰਵਾਉਣਾ ਸੀ ਬਾਬਾ ਜੀ ਨੂੰ ਪਤਾ ਨਹੀਂ ਕਿੱਥੋਂ ਪਤਾ ਲੱਗਾ ਬਾਬਾ ਜੀ ਉਦੋਂ ਵੀ ਉਸ ਵਿਆਹ ਤੇ ਪਹੁੰਚ ਗਏ ਉਦੋਂ ਸਾਡੀ ਪਹਿਲੀ ਸਾਂਝ ਪਹਿਲੀ ਮੁਲਾਕਾਤ ਨੇੜੇ ਹੋ ਗਈ ਜਿਵੇਂ ਤੁਹਾਨੂੰ ਪਤਾ ਹੀ ਕਿ ਬਾਬਾ ਜੀ ਆਪ ਬਚਨ ਨਹੀਂ ਕਰਦੇ ਨਾਲ ਜਿਹੜਾ ਸੇਵਾਦਾਰ ਸਿੰਘ ਸੀ ਉਸ ਸਿੰਘ ਨੇ ਬਾਬਾ ਜੀ ਬਾਰੇ ਸਾਨੂੰ ਦੱਸਿਆ ਤੇ ਸਾਨੂੰ ਉਦੋਂ ਫਿਰ ਪਹਿਲੀ ਵਾਰੀ ਬਾਬਾ ਜੀ ਨੇ ਕੀਰਤਨ ਵਾਸਤੇ ਬੁਲਾਇਆ ਅਸੀਂ ਕੀਰਤਨ ਕੀਤਾ ਤੇ ਪਹਿਲੀ ਵਾਰੀ ਅਹਿਸਾਸ ਹੋਇਆ ਇਸ ਗੱਲ ਦਾ ਕਿ ਕੀਰਤਨ ਨਾਲ ਕਿਸੇ ਦਾ ਐਸਾ ਇਸ਼ਕ ਵੀ ਹੋ ਸਕਦਾ ਐਸੀ ਮੁਹੱਬਤ ਵੀ ਹੋ ਸਕਦੀ ਹੈ ਇਹ ਤਾਂ ਸਾਰੀ ਦੁਨੀਆ ਕਹਿੰਦੀ ਵੀ ਅਸੀਂ ਕੀਰਤਨ ਲਾਈਵ ਕਰਦੇ ਹਾਂ ਕੀਰਤਨ ਪਸੰਦ ਕਰਦੇ ਹਾਂ ਅਸੀਂ ਤੁਹਾਡੇ ਫੈਨ ਹਾਂ ਬੜਾ ਸੌਖਾ ਜਿਹਾ ਲਫ਼ਜ਼ ਮੈਂ ਕਈ ਵਾਰੀ ਕਹਿੰਦਾ ਹੁੰਦਾ ਵੀ ਸਿਰਫ ਲਫ਼ਜ਼ੀ ਤਰੀਕੇ ਤੇ ਅਸੀਂ ਬਹੁਤ ਗੱਲਾਂ ਐਸੀਆਂ ਕਰ ਜਾਂਦੇ ਹਾਂ ਜਿਹੜੇ ਅੰਦਰ ਉਹ ਜ਼ੀਰੋ ਜ਼ੀਰੋ ਹੁੰਦਾ ਗੱਲਾਂ ਸੁਭਾਵਕ ਹੈ ਕੋਈ ਹਾਲ ਚਾਲ ਪੁੱਛੇ ਕੀ ਹਾਲ ਚਾਲ ਹੈ ਜੀ ਚੜ੍ਹਦੀ ਕਲਾ ਕੀ ਹਾਲ ਚਾਲ ਹੈ ਜੀ ਆਨੰਦ ਹੈ ਪਰ ਅੰਦਰ ਤਪਿਆ ਹੁੰਦਾ ਨਾ ਨਾ ਚੜ੍ਹਦੀ ਕਲਾ ਹੁੰਦੀ ਨਾ ਆਨੰਦ ਹੁੰਦਾ ਸੋ ਖੈਰ ਪਹਿਲੀ ਵਾਰੀ ਸਾਨੂੰ ਇਹ ਅਹਿਸਾਸ ਹੋਇਆ ਕਿ ਇਹ ਆਮ ਨਹੀਂ ਇਹ ਖਾਸ ਹਰਵਿੰਦਰ ਸਿੰਘ ਸੀ ਅਸੀਂ ਸ਼ੁਰੂ ਤੋਂ ਦੋਵੇਂ ਭਰਾ ਤੁਹਾਨੂੰ ਪਤਾ ਹੀ ਹੈ ਪਿੰਡ ਕਿ ਉਦੋਂ ਗੋਲਡੀ ਸਾਡੇ ਨਾਲ ਹੁੰਦਾ ਸੀ ਸਰਪਾਲ ਸਿੰਘ ਮੇਰਾ ਖਿਆਲ ਨਹੀਂ ਕਿ ਪੰਜਾਬ ਦਾ ਕੋਈ ਵੀ ਕੀਰਤਨ ਸਾਡਾ ਬਾਬਾ ਜੀ ਨੇ ਛੱਡਿਆ ਹੋਵੇ ਜਦੋਂ ਉਹਨਾਂ ਨੂੰ ਪਤਾ ਲੱਗਾ ਬਹੁਤ ਘੱਟ ਆਉਂਦੇ ਸੀ ਅਸੀਂ ਪਰ ਰਾਤ 3-3 ਵਜੇ ਤੱਕ ਉਹਨਾਂ ਨੇ ਸਾਡੇ ਨਾਲ ਗੱਡੀ ਲੈ ਕੇ ਪਿੱਛੇ ਪਿੱਛੇ ਨਾਲ ਕਈ ਵਾਰੀ ਗੱਡੀ ਅੱਗੇ ਲਾਉਣੀ ਸੀ ਤਾਂ ਮੇਰੇ ਮਗਰ ਮਗਰ ਆ ਜਾਓ ਇਸ ਤਰ੍ਹਾਂ ਪ੍ਰੋਗਰਾਮ ਉਲੀਕ ਕੇ ਜਾਣੇ ਜੇ ਉਹਨਾਂ ਨੂੰ ਪਤਾ ਲੱਗਣਾ ਵੀ ਜਵੱਦੀ ਕੀਰਤਨ ਹੈ ਉਹਨਾਂ ਨੇ ਜਵੱਦੀ ਪਹੁੰਚ ਜਾਣਾ ਜੇ ਪਤਾ ਲੱਗਣਾ ਵੀ ਕਿਸੇ ਪਿੰਡ ਵਿੱਚ ਜਲੰਧਰ ਲੁਧਿਆਣੇ ਕਿਧਰੇ ਵੀ ਕੀਰਤਨ ਹੋਣਾ ਬਾਬਾ ਜੀ ਪਹੁੰਚ ਜਾਂਦੇ ਸੀ ਉਸ ਤੋਂ ਬਾਅਦ ਐਸਾ ਪਿਆਰ ਬਾਬਾ ਜੀ ਨਾਲ ਪਿਆ ਕਿ ਬਿਨਾਂ ਸ਼ੱਕ ਕਿ ਆਪਣੀ ਮੈਂ ਬਦਕਿਸਮਤੀ ਸਮਝਦਾ ਹਾਂ ਕਿ ਉਹਨਾਂ ਦੇ ਹਰ ਸੱਦੇ ਤੇ ਸਾਡੇ ਕੋਲ ਪਹੁੰਚਿਆ ਨਹੀਂ ਜਾਂਦਾ ਰੁਝੇਵੇ ਇਸ ਤਰੀਕੇ ਦੇ ਹਨ ਜ਼ਿੰਮੇਵਾਰੀਆਂ ਇਸ ਤਰੀਕੇ ਦੀਆਂ ਹਨ ਪਰ ਜਦੋਂ ਵੀ ਉਹ ਯਾਦ ਕਰਦੇ ਨੇ ਜਾਂ ਜਦੋਂ ਵੀ ਕਿਤੇ ਉਹਨਾਂ ਦਾ ਜ਼ਿਕਰ ਚੱਲਦਾ ਤੇ ਬੜੇ ਮਾਣ ਨਾਲ ਆਖੀਦਾ ਕਿ ਬਾਬਾ ਜੀ ਸਾਡੇ ਆਪਣੇ ਭਾਜੀ ਹੋਰਾਂ ਨੂੰ ਸ਼ਾਇਦ ਯਾਦ ਹੋਏਗਾ ਵੀ ਦੀਵਾਲੀ ਤੋਂ ਮੇਰਾ ਖਿਆਲ 1-2 ਦਿਨ ਪਹਿਲਾਂ ਅਸੀਂ ਕੀਰਤਨ ਕੀਤਾ ਘਰ ਪਿੰਡ ਅਰਦਾਸ ਤੇ ਹਰਵਿੰਦਰ ਸਿੰਘ ਨੇ ਵੈਸੇ ਸੁਭਾਵਕ ਹੀ ਕਹਿਤਾ ਵੀ ਬਾਬਾ ਜੀ ਗੁੜ ਬੜਾ ਵਧੀਆ ਬਣ ਰਿਹਾ ਗੰਨੇ ਵਧੀਆ ਬੜੇ ਵਧੀਆ ਲੱਗੇ ਤੇ ਉਦੋਂ ਹੀ ਬਾਬਾ ਜੀ ਨੇ ਰਾਤੋ ਰਾਤ ਸਿੰਘਾਂ ਨੂੰ ਸਕੂਟਰ ਦੇ ਕੇ ਸਕੂਟਰ ਤੇ ਗੰਨੇ ਤੇ ਗੁੜ ਤਿਆਰ ਕਰਾ ਕੇ ਆਪ ਸਪੈਸ਼ਲ ਆਪ ਤਿਆਰ ਕੀਤਾ ਆਪ ਤਿਆਰ ਕੀਤਾ ਬਾਬਾ ਜੀ ਸਾਨੂੰ ਦਿੱਲੀ ਭੇਜਿਆ ਤੇ ਦਿੱਲੀ ਖਾਲੀ ਅਸੀਂ ਉੱਠੇ ਵੀ ਨਹੀਂ ਸੀ ਜਾਗੇ ਵੀ ਨਹੀਂ ਸੀ ਸਿੰਘਾਂ ਨੇ ਆ ਕੇ ਪਹਿਲ ਕੀਤੀ
ਔਰ ਅਸੀਂ ਹੈਰਾਨ ਰਹਿ ਗਏ ਕਿ ਸਮੁੰਦਰ ਤੋਂ ਇੰਨੀ ਠੰਡ ਵਿੱਚ ਇੰਨਾ ਲੰਮੇਰਾ ਸਫ਼ਰ ਕਰਕੇ ਇਹ ਬਾਬਾ ਜੀ ਦਾ ਪਿਆਰ ਇਹ ਉਹਨਾਂ ਦਾ ਇਸ਼ਕ ਹੈ ਕਿ ਜੇ ਮੈਂ ਸੱਚ ਆਖਾਂ ਤੇ ਗੱਲ ਇਹ ਹੈ ਕਿ ਜਿੰਨਾ ਉਹ ਤਿਆਗ ਕਰਦੇ ਨੇ ਨਾ ਉਹਨਾਂ ਦੇ ਮੁਕਾਬਲੇ ਸਾਡੇ ਵਾਲੇ ਪਾਸੇ ਸ਼ਾਇਦ 1% ਵੀ ਨਹੀਂ ਹੈ। ਅਸੀਂ ਮਤਲਬੀ ਲੋਕ ਹਾਂ, ਅਸੀਂ ਮਾਇਆ ਨੂੰ ਪਿਆਰ ਕਰਨ ਵਾਲੇ ਲੋਕ ਹਾਂ, ਉਹ ਦਿਲਾਂ ਨੂੰ ਪਿਆਰ ਕਰਨ ਵਾਲੇ ਬੋਲੇ ਸੋ ਦਸ ਦਿਨ ਪਹਿਲਾਂ ਦੀ ਬਾਤ ਹੈ। ਮੇਰੇ ਮਾਤਾ ਜੀ ਲਗਭਗ 1.5-2 ਮਹੀਨੇ ਤੋਂ ਬਹੁਤ ਜ਼ਿਆਦਾ ਸੀਰੀਅਸ ਬਿਮਾਰ ਨੇ। ਜਿਹੜੇ ਮੇਰੇ ਨਜ਼ਦੀਕੀ ਮੇਰੇ ਮਿੱਤਰ ਨੇ ਉਹਨਾਂ ਨੂੰ ਪਤਾ ਹੈ ਕਿ ਲਗਭਗ 7-8 ਸਾਲ ਉਹਨਾਂ ਨੂੰ ਡਾਇਲਿਸਿਸ ਹੁੰਦਿਆਂ ਹੋ ਗਏ ਨੇ, ਕਿਡਨੀ ਦੇ ਪੇਸ਼ੈਂਟ ਨੇ। ਅਤੇ ਅਸੀਂ ਬੜੇ ਪਰੇਸ਼ਾਨ ਸੀ। ਇੱਥੋਂ ਡਾਕਟਰਾਂ ਨੇ ਜਵਾਬ ਦੇ ਦਿੱਤਾ ਤਾਂ ਦਿੱਲੀ ਲੈ ਕੇ ਗਏ। ਦਿੱਲੀ ਰਸਤੇ 'ਚ ਜਾਂਦਿਆਂ ਮੇਰੇ ਜੀਜਾ ਜੀ ਕਹਿੰਦੇ ਵੀ ਭਾਅ ਜੀ ਮੈਂ ਨਾ ਬਾਬਾ ਜੀ ਬਾਰੇ ਆਹ ਬਚਨ ਸੁਣਿਆ ਕਿਸੇ ਕੋਲ, ਅਤੇ ਜੇ ਕਿਤੇ ਉਹ ਅਰਦਾਸ ਕਰਦੇ ਨਾ ਤਾਂ ਬੜਾ ਵਧੀਆ ਕੰਮ ਹੈ। ਉਸ ਦਿਨ ਭਾਅ ਜੀ ਜਸਵਿੰਦਰ ਸਿੰਘ ਉਹਨਾਂ ਦਾ ਫੋਨ ਗਿਆ। ਮੈਂ ਕਿਹਾ ਭਾਅ ਜੀ ਅੱਜ ਤਾਂ ਇਸ ਤਰ੍ਹਾਂ ਕਿ ਮੈਂ ਬਾਬਾ ਜੀ ਨਾ ਲਾਗੇ ਹੋ ਕੇ ਕਿਤੇ ਕੰਨ ਦੇ ਕੇ ਸੁਣਦੇ ਸੀ ਵੀ ਯਾਦ ਕਰ ਰਿਹਾ ਕੋਈ, ਅਤੇ ਮੈਂ ਫੋਨ ਕਰਨਾ ਸੀ ਪਰ ਮੇਰੇ ਫੋਨ ਕਰਨ ਤੋਂ ਪਹਿਲਾਂ ਇਧਰੋਂ ਮਹਾਂਪੁਰਖਾਂ ਦਾ ਸੁਨੇਹਾ ਆ ਗਿਆ। ਇਹਨਾਂ ਨੂੰ ਮੈਂ ਬੇਨਤੀ ਕੀਤੀ ਵੀ ਬਾਬਾ ਜੀ ਬਹੁਤ ਅਰਦਾਸ ਕਰਨ, ਜਿਸ ਤਰ੍ਹਾਂ ਮੈਂ ਪਹਿਲਾਂ ਬੇਨਤੀ ਕੀਤੀ ਵੀ ਉਹਨਾਂ ਨਾਲ ਜਿਹੜੀ ਸਾਂਝ ਹੈ ਨਾ ਉਹਨਾਂ ਦੇ ਨਾਲ ਨੇੜਤਾ ਜਿਹੜੀ ਹੈ ਉਹ ਮੈਂ ਇੱਕ ਉਦਾਹਰਨ ਦੇਣ ਲੱਗਾ, ਪਰ ਉਸ ਉਦਾਹਰਨ ਤੋਂ ਕਿਤੇ ਗਾਹ ਦੀ ਆਵਾਜ਼ ਕਿਸੇ ਵੱਡੇ ਅਫਸਰ ਨਾਲ ਜਾਂ ਕਿਸੇ ਵੱਡੇ ਲੀਡਰ ਨਾਲ ਸਾਡੀ ਸਾਂਝ ਹੋਵੇ ਨਾ ਤੇ ਅਸੀਂ ਬੜੇ ਚੌੜੇ ਹੋ ਕੇ ਦੱਸਦੇ ਵੀ ਸਾਡੀ ਫਲਾਣੇ ਨਾਲ ਹੈਗੀ ਗੱਲਬਾਤ। ਤੇ ਸੱਚ ਇਹ ਵੀ ਜਿਹੜੀ ਬਾਬਾ ਜੀ ਨਾਲ ਸਾਡੀ ਸਾਂਝ ਉਹ ਕਹਿਣ ਸੁਣਨ ਤੋਂ ਬਾਹਰ ਹੀ ਉਹਨਾਂ ਦੇ ਜਿਹੜੇ ਪੌਤਕ ਹਨ ਉਹਨਾਂ ਦੀ ਜਿਹੜੀਆਂ ਬਾਤਾਂ ਹਨ ਉਹ ਪੈਰ ਪੈਰ ਕੇ ਹੈਰਾਨ ਕਰ ਦੇਣ ਵਾਲੀਆਂ। ਮੈਂ ਕਿਸੇ ਵੀ ਸੰਤ ਨੂੰ ਜਾਂ ਗੁਰੂ ਸਾਹਿਬਾਨ ਨੂੰ ਜਾਂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਇੱਕ ਚਮਤਕਾਰ ਕਰਕੇ ਕਦੀ ਮਹਾਨ ਨਹੀਂ ਮੰਨਦਾ। ਥੋੜੀ ਜਿਹੀ ਗੌਰ ਕਰੇ ਜਿਹੜੀ ਮੈਂ ਬਾਤ ਕਰਾਂ। ਸਾਡਾ ਜਿਹੜਾ ਪੈਮਾਨਾ ਹੈ ਜਿਸ ਕਸਵੱਟੀ ਨਾਲ ਅਸੀਂ ਕਿਸੇ ਮਹਾਂਪੁਰਖ ਜਾਂ ਸੰਤ ਨੂੰ ਮੰਨਦੇ ਹਾਂ ਉਹ ਸਿਰਫ ਚਮਤਕਾਰ ਹੈ ਕਿ ਜੇ ਅਸੀਂ ਫਲਾਣੀ ਗੱਲ ਕਰਤੀ ਤੇ ਉਹ ਸਾਡੀ ਪੂਰੀ ਹੁੰਦੀ, ਬਸ ਇੱਥੇ ਤੱਕ ਹੀ ਅਸੀਂ ਸਮਝਦੇ ਹਾਂ। ਤੇ ਸਾਡੀਆਂ ਮੰਗਾਂ ਕੀ ਹੁੰਦੀਆਂ ਵੀ ਪੁੱਤ ਆ ਜਾਏ ਘਰ, ਦੁੱਧ ਆ ਜਾਏ, ਧਨ ਦੌਲਤ ਪਦਾਰਥ ਆ ਜਾਏ, ਵੀਜੇ ਲੱਗ ਜਾਣ ਬਾਹਰ, ਗ੍ਰੀਨ ਕਾਰਡ ਮਿਲ ਕੇ, ਇਸ ਤਰ੍ਹਾਂ ਹੋ ਜਾਏ ਉਸ ਕੰਮ, ਬਸ ਇੱਥੇ ਤੱਕ। ਪਰ ਜੇ ਕਦੀ ਕਿਸੇ ਰੱਬੀ ਰੂਹ ਨਾਲ ਦਿਲੋਂ ਰੱਬ ਵਾਲਾ ਪਿਆਰ ਪਾ ਕੇ ਵੇਖੀਏ ਨਾ ਫਿਰ ਪੈਮਾਨਾ ਬਹੁਤ ਪਿੱਛੇ ਰਹਿ ਜਾਂਦਾ, ਬਹੁਤ ਦੀਵਾ ਰਹਿ ਜਾਂਦਾ। ਜਿਹੜੀ ਮੈਂ ਬਾਤ ਕਰਨ ਲੱਗਾ ਉਹ ਬਾਤ ਇਹ ਹੈ ਕਿ ਕਦੀ ਵੀ ਕਿਸੇ ਸੰਤ ਮਹਾਂਪੁਰਖ ਨੂੰ ਜਾਂ ਕਦੀ ਵੀ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸਾਹਮਣੇ ਲੋ ਕੇ ਅਰਦਾਸ ਕਰੋ, ਬੇਨਤੀ ਕਰੋ ਤਾਂ ਇਹ ਨੀਵੀਆਂ ਗੱਲਾਂ ਛੱਡ ਕੇ ਨਾ ਉਤਾਂ ਦੀ ਗੱਲ ਕਰਕੇ ਵੇਖੋ ਜਿਹੜੀ ਬਾਬਾ ਕਬੀਰ ਸਾਹਿਬ ਨੇ ਕੀਤੀ ਨਾ, ਅੱਗ ਤੋਂ ਜਾਏ ਚੜ੍ਹੇ ਸਿੰਘਾਸਨ ਮਿਲੇ ਹਿਸਾਰ ਪਾਣੀ ਰਾਮ ਕਬੀਰਾ ਏਕ ਭਰੇ ਕੋਈ ਨਾ ਸਕੇ। ਜਦੋਂ ਅਸੀਂ ਸਾਡਾ ਨਿਸ਼ਾਨਾ ਉੱਚਾ ਹੋਏਗਾ ਨਾ, ਸਾਡਾ ਟਾਰਗੇਟ ਜਿਹੜਾ ਹੈ ਉਹ ਮਾਇਨੇ ਵਾਲਾ ਹੋਏਗਾ ਤੇ ਸਾਨੂੰ ਉਹਦੇ ਮਾਇਨੇ ਵੀ ਸਮਝੀ ਜਾਣ, ਨਹੀਂ ਤੇ ਅਸੀਂ ਛੋਟੀ ਸੋਚ ਵਾਲੇ ਛੋਟੇ ਨੀਵੇਂ ਪੱਧਰ ਤੱਕ ਰਹਿ ਗਏ। ਪਤਾ ਨਹੀਂ ਜਿਹੜੀ ਮੈਂ ਗੱਲ ਕਹਿਣਾ ਚਾਹੁੰਦਾ ਉਹ ਘੱਟ ਤੱਕ ਪਹੁੰਚੀ ਕਿ ਨਹੀਂ ਸਾਡੇ ਦਿਲ ਤੱਕ। ਉਹ ਗੱਲ ਕਈ ਵਾਰੀ ਹੁੰਦਾ ਨਾ ਕਿ ਗੱਲ ਕਹਿਣਾ ਕੁਛ ਹੋਰ ਚੱਲਦਾ, ਲਫ਼ਜ਼ ਪੂਰੇ ਜਾਮਾ ਨਹੀਂ ਪਹਿਨਾਉਂਦੇ ਉਸ ਬਾਤ ਨੂੰ, ਪਰ ਮੇਰਾ ਕਹਿਣ ਤੋਂ ਭਾਵ ਕਿ ਜੋ ਉਹ ਵੰਡ ਰਹੇ ਨੇ, ਜੋ ਉਹ ਕਿਰਪਾ ਕਰ ਰਹੇ ਨੇ, ਉਹ ਕਿਰਪਾ ਜਿਹਨਾਂ ਦੀ ਸਮਝ ਵਿੱਚ ਆ ਗਈ ਉਹਨਾਂ ਨੂੰ ਤੇ ਪਤਾ ਹੈ ਕਿ ਉਹ ਕੀ ਕਰ ਰਹੇ ਨੇ। ਤੇ ਜਿਹਨਾਂ ਨੂੰ ਮੇਰੇ ਵਰਗਿਆਂ ਨੂੰ ਸਿਰਫ ਇਸ ਤਲ ਤੱਕ ਰਹਿਣ ਦੀ ਆਦਤ ਹੈ ਉਹ ਸ਼ਾਇਦ ਸਮਝ ਨਹੀਂ ਸਕਦੇ। ਸੋ ਸਮਾਂ ਬਹੁਤ ਸੀਮਿਤ ਹੈ, ਦੱਸ ਨੇ ਕੀ ਕਰਨਾ ਬਦਲੇ ਪਤਨ ਭਾਅ ਜੀ ਹੋਣਾ ਨੂੰ ਕਿੱਥੋਂ ਪਤਾ ਲੱਗ ਗਿਆ ਇਹਨਾਂ ਨੇ ਫੋਨ ਕੀਤਾ ਵੀ ਇੱਥੇ ਹਾਜ਼ਰੀ ਕਰੋ, ਪਰ ਮੈਂ ਅੱਜ ਵੀ ਆਪਣੀ ਮਾਂ ਨੂੰ ਸਾਂਭਦਾ ਸਾਂਭਦਾ ਲੇਟ ਹੋ ਗਿਆ, ਇਸ ਕਰਕੇ ਮੈਂ ਮਾਫ਼ੀ ਵੀ ਮੰਗਦਾ ਕਿਉਂਕਿ ਉਹ ਇੰਨੇ ਨਾਜ਼ੁਕ ਦੌਰ ਵਿੱਚੋਂ ਲੰਘ ਰਹੇ ਨੇ। ਔਰ ਬਜ਼ੁਰਗ ਨੇ ਤੁਹਾਨੂੰ ਪਤਾ ਹੀ ਹੈ ਕਿ ਬਜ਼ੁਰਗ ਬੱਚਿਆਂ ਨਾਲੋਂ ਵੀ ਨਿਆਣੇ ਹੁੰਦੇ ਨੇ, ਉਹਨਾਂ ਦੀ ਸੰਭਾਲ ਉਸੇ ਤਰੀਕੇ ਨਾਲ ਕਰਨੀ ਪੈਂਦੀ, ਉਹਨਾਂ ਨੂੰ ਬੜਾ ਹੌਸਲਾ ਦੇਣਾ ਪੈਂਦਾ, ਉਹਨਾਂ ਨੂੰ ਬੜੇ ਤਰੀਕੇ ਨਾਲ
ਸਤਿਗੁਰੂ ਮਿਹਰ ਕਰਨ ਆਪ ਜੀ ਦੀਆਂ ਅਰਦਾਸਾਂ ਤੇ ਬਾਬਾ ਜੀ ਦੀ ਅਰਦਾਸ ਤੇ ਮੈਨੂੰ ਪੂਰਾ ਭਰੋਸਾ ਹੈ ਕਿ ਸਤਿਗੁਰੂ ਮਿਹਰ ਕਰਨਗੇ, ਬਖਸ਼ਿਸ਼ ਕਰਨਗੇ, ਰਾਹ ਦਿਖਾਉਣਗੇ, ਆਪਣੇ ਚਰਨਾਂ ਨਾਲ ਹੋਰ ਵਧੇਰੇ ਪ੍ਰੀਤ ਪਾਉਣ ਦੀ ਸਾਡੇ ਨਾਲ ਬਖਸ਼ਿਸ਼ ਕਰਨਗੇ। ਗੱਲਾਂ ਗੱਲਾਂ ਵਿੱਚ ਮੈਂ ਇੱਕ ਗੱਲ ਹੋਰ ਕਰਦਾ ਜਾਵਾਂ, ਮੇਰੇ ਬੜੇ ਪਿਆਰੇ ਸੁਗਿਰਦ ਮਿੱਤਰ ਭਾਈ ਮਨਜੀਤ ਸਿੰਘ ਜੀ ਆਪ ਦੀਆਂ ਕੀਮਤੀ ਸੁਣਾ ਰਹੇ ਸਨ। ਇਹ ਬੱਚਾ ਮੈਂ ਇਹਨੂੰ ਛੋਟਾ ਵੀਰ ਕਹਿ ਲਵਾਂ ਜਾਂ ਬੱਚਾ ਵੀ ਕਹਿ ਲਵਾਂ ਤਾਂ ਕੋਈ ਹਰਜ਼ ਨਹੀਂ, ਕਿਉਂਕਿ ਮੇਰੀ ਉਮਰ ਜਿਹੜੀ ਹੈ ਉਹ ਮੇਰਾ ਖਿਆਲ ਹੈ ਕਿ ਇਹਨਾਂ ਦੇ ਪਿਤਾ ਜੀ ਤੋਂ ਭਾਵੇਂ ਦੋ ਚਾਰ ਸਾਲ ਛੁੱਟੀ ਹੋਏਗੀ, ਪਰ ਖੈਰ ਬੜੀ ਮਿਹਨਤ, ਬੜੀ ਲਗਨ ਅਤੇ ਬੜੀ ਇਮਾਨਦਾਰੀ ਦੇ ਨਾਲ ਇਹ ਕਦਮ ਦਰ ਕਦਮ ਆਪਣੀ ਮੰਜ਼ਿਲ ਵੱਲ ਵੱਧ ਰਿਹਾ। ਇਹਨਾਂ ਦੀ ਹੁਣੇ ਹੁਣੇ ਸ਼ਬਦਾਂ ਦੇ ਦੋ ਟਰੈਕ ਰਿਲੀਜ਼ ਹੋਏ ਨੇ ਖਾਲਸਾ ਰਿਕਾਰਡਸ ਤੋਂ। ਮੇਰੀ ਸਾਰੀ ਸੰਗਤ ਨੂੰ ਬੇਨਤੀ ਹੈ, ਜਿਹੜੇ ਆਪ ਇੱਥੇ ਬੈਠੇ ਹੋ ਅਤੇ ਜਿਹੜੇ ਮੀਡੀਆ ਰਾਹੀਂ ਦੇਸ਼ਾਂ ਵਿਦੇਸ਼ਾਂ ਵਿੱਚ ਜਿੱਥੇ ਵੀ ਕੀ ਸੁਣ ਰਹੇ ਹੋ, ਖਾਲਸਾ ਰਿਕਾਰਡਸ ਤੋਂ ਯੂਟਿਊਬ 'ਤੇ ਜਾ ਕੇ ਵੱਧ ਤੋਂ ਵੱਧ ਇਹਨਾਂ ਦੇਸ਼ਾਂ ਵਿੱਚ ਸ਼ੇਅਰ ਕਰੋ। ਤੂੰ ਠਾਕੁਰ ਤੁਮ ਪੈ ਅਰਦਾਸ ਆਪ ਜੀ ਨੇ ਇਹ ਸ਼ਬਦ ਸਰਵਣ ਕੀਤਾ ਹੈ। ਇੱਕ ਸ਼ਬਦ ਇਹਨਾਂ ਦਾ ਹੈ, ਰਹਿ ਨਾ ਸਕਾ ਮੈਂ ਬਿਨ ਗੁਰ ਦੇਖੇ ਨੀਂਦ ਨਾ ਆਵੇ, ਮੈਂ ਬਿਨ ਗੁਰ ਦੇਖੇ ਨੀਂਦ ਨਾ ਆਵੇ। ਬੜੀ ਮਿਹਨਤ ਨਾਲ, ਬੜੀ ਸਿਆਣਪ ਨਾਲ ਇਹਨਾਂ ਨੇ ਇਹ ਸ਼ਬਦ ਗਾਏ ਹਨ, ਕੰਪਟੀਸ਼ਨ ਤਿਆਰ ਕੀਤੀ ਹੈ ਇਹਨਾਂ ਸ਼ਬਦਾਂ ਦੀ, ਔਰ ਇਹਦੇ ਮਿਊਜ਼ਿਕ ਡਾਇਰੈਕਟਰ ਵੀ ਬੜੇ ਸਿਆਣੇ, ਬੜੇ ਪਿਆਰ ਵਾਲੇ ਸਾਡੇ ਮਾਨਸ਼ੂ ਜੀ, ਮਾਨਸ਼ੂ ਹਨੀ, ਬਹੁਤ ਬਹੁਤ ਸੁਰੀਲੇ ਲੋਕ ਹਨ, ਬੜੇ ਬਰੀਕ ਹਨ, ਉਹਨਾਂ ਨੇ ਤਿਆਰ ਕੀਤਾ ਹੈ। ਪਰ ਗੁਰਪ੍ਰੀਤ ਸਿੰਘ ਜੀ ਯੂਕੇ ਵਾਲੇ ਕੈਟਬੀਸ਼ਨ ਸੋਸਾਇਟੀ, ਉਹ ਵੀ ਗੁਰੂ ਦਾ ਐਸਾ ਪਿਆਰਾ ਸਿੱਖ ਹੈ ਜਿਹੜਾ ਅਣਥੱਕ ਸੇਵਾ ਕਰ ਰਿਹਾ ਕੀਰਤਨ ਦੀ, ਯਕੀਨ ਦੀਆਂ ਸਾਰਿਆਂ ਦਾ ਭਲਾ ਉਦਮ ਹੈ। ਮੇਰੀ ਸਾਰੀ ਸੰਗਤ ਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਸ਼ੇਅਰ ਕਰੋ, ਸਰਵਣ ਕਰੋ, ਅਗਾਂਹ ਤੋਂ ਅਗਾਂਹ ਪਹੁੰਚਾਓ, ਤਾਂ ਕਿ ਇਹਨਾਂ ਬੱਚਿਆਂ ਦਾ ਹੋਰ ਹੌਸਲਾ ਵਧੇ ਅਤੇ ਇਹ ਸਤਿਗੁਰ ਜੀ ਦੀਆਂ ਖੁਸ਼ੀਆਂ, ਆਪ ਜੀ ਦੀਆਂ ਖੁਸ਼ੀਆਂ ਗੁਰੂ ਸਿੰਘ ਕੀਰਤਨ ਦਾ ਹੀ ਲੈਂਦੇ ਰਹੇ। ਸੋ ਇੰਨੀਆਂ ਕੁ ਮੇਰੀਆਂ ਬੇਨਤੀਆਂ ਸੀ। ਭਾਈ ਮਨਜੀਤ ਸਿੰਘ ਜੀ ਸੱਚੀ ਬਹੁਤ ਸੋਹਣਾ ਕੀਰਤਨ ਕਰਦੇ ਹਨ, ਬਹੁਤ ਸੋਹਣਾ ਕੀਰਤਨ ਕਰਦੇ ਹਨ। ਬਸ ਇਹ ਵੀ ਹੈ ਕਿ ਗੁਰੂ ਕੇ ਕੀਰਤਨ ਨੂੰ ਕੀਰਤਨ ਸਮਝ ਕੇ ਕਰਿਓ। ਸਮਝ ਬੜੀ ਬਾਅਦ ਵਿੱਚ ਆਉਂਦੀ ਹੈ, ਬੜੀ ਬਾਅਦ ਵਿੱਚ ਸਮਝ ਆਉਂਦੀ ਹੈ, ਜਿੰਨੇ ਚਿਰ ਸਮਝ ਆਉਂਦੀ ਉਹਨੇ ਚਿਰ ਨੂੰ ਬੰਦਾ ਥੱਕ ਜਾਂਦਾ। ਪਰ ਜੇ ਕੀਰਤਨ ਨੂੰ ਇਬਾਦਤ ਸਮਝ ਕੇ, ਕੀਰਤਨ ਨੂੰ ਭਗਤੀ ਸਮਝ ਕੇ, ਕੀਰਤਨ ਦੇ ਨਾਲ ਦਿਲੋਂ ਇਸ਼ਕ ਕਰਕੇ ਕੀਰਤਨ ਨੂੰ ਸਮਝੋਗੇ, ਜਾਣੋਗੇ ਤੇ ਕੀਰਤਨ ਤਮਾਮ ਝੋਲੀਆਂ ਭਰਦੇ। ਅਸੀਂ ਸੁਣਦੇ ਹਾਂ ਨਾ ਵੀ ਸੱਤ ਕੁੱਲਾਂ ਧਰ ਗਈਆਂ, ਸੱਤ ਕੁੱਲਾਂ ਤੇ ਬਹੁਤ ਛੋਟੀ ਜਿਹੀ ਚੀਜ਼ ਹੈ, ਸੱਤ ਕੁੱਲਾਂ ਬੜੀ ਛੋਟੀ ਚੀਜ਼ ਹੈ। ਕੀਰਤਨ ਐਸੀਆਂ ਰਹਿਮਤਾਂ ਵੰਡਣ ਵਾਲੀ ਮਾਲਕ ਦੀ, ਜਿਹੜੀ ਉਹਦੀ ਕਿਰਪਾ ਤੋਂ ਬਗੈਰ ਕਿਸੇ ਨੂੰ ਪ੍ਰਾਪਤ ਨਹੀਂ ਹੁੰਦੀ, ਤੇ ਜਦੋਂ ਪ੍ਰਾਪਤ ਹੋ ਜਾਏ ਜਿਹੜਾ ਫਿਰ ਉਹਨੂੰ ਸਾਂਭ ਲੈ, ਉਹਦੇ ਵਰਗੀ ਫਿਰ ਮੈਂ ਕਹਿੰਦਾ ਬਾਅਦ ਵੀ ਕਿਧਰੇ ਹੋਰ। ਸੋ ਆਪ ਜੀ ਜਿਸ ਤਰ੍ਹਾਂ ਮੈਂ ਬੇਨਤੀ ਕੀਤੀ, ਸਿਰਫ 15-20 ਮਿੰਟ ਮੈਂ ਹੋਰ ਹਾਲ ਕਰਾਂਗਾ, ਵੱਧ ਤੋਂ ਵੱਧ ਕੋਸ਼ਿਸ਼ ਕਰਾਂਗਾ ਸ਼ਬਦ ਜਿੰਨੇ ਸੁਣਾ ਸਕਦਾ, ਪਰ ਇਹ ਗੱਲਾਂ ਵੀ ਮੇਰਾ ਦਿਲ ਕਰਦਾ ਸੀ ਕਿ ਮੈਂ ਜ਼ਰੂਰ ਕਰਾਂ, ਇਹ ਗੱਲਾਂ ਵੀ ਮੈਂ ਜ਼ਰੂਰ ਕਰਾਂ, ਕਿਉਂਕਿ ਕਿਸੇ ਦੀ ਭਾਵਨਾ ਜਾ ਕੇ, ਕਿਸੇ ਦਾ ਗੁਰੂ ਅੰਗਦ ਦੀ ਪਿਆਰ ਜਾ ਕੇ, ਮਨ ਚ ਉਤਸ਼ਾਹ ਆਵੇ, ਤਿੰਨਾਂ ਦੇ ਮਨ ਚਾਹੂ ਹੁੰਦਾ ਹੋ ਕਦ ਪਾਈ ਮੰਤਾ ਸਾਂ ਤਾਂ ਮਾਰ। ਸਵਾਵ ਜੀ ਸਾਰੇ ਮਿਲ ਕੇ ਬਾਬਾ ਜੀ ਨੇ ਜੋ ਸ਼ਬਦ ਹੁਕਮ ਕੀਤੇ ਹਨ, ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ, ਇਹ ਸ਼ਬਦ ਤੋਂ ਸ਼ੁਰੂਆਤ ਕਰ ਰਹੇ ਹਨ। ਉਪਰੰਤ ਜਿਵੇਂ ਬਾਲ ਕਿਰਪਾ ਰਜਾਈ
Bye.
Oh.
ਸ੍ਰਵਨ
ਕਿਤਨੀ ਹਾਜ਼ਰੀ ਸਤਿੰਦਰ ਸੱਚਮੁੱਚ ਤੁਹਾਡੇ ਸਾਹਮਣੇ ਤੇ ਹਾਜ਼ਰੀ ਹੈ ਗਾਣਾ ਵਜਾਣਾ ਪ੍ਰੀ ਗੁਰ ਦੀਆਂ ਬਰਤਾਂ ਨੇ ਗਾਣਾ ਤੁਸੀਂ ਮਨਜੀਤ ਸਿੰਘ ਦਾ ਕੋਲੋਂ ਸੁਣ ਲਿਆ ਇਹਨੂੰ ਗਾਣਾ ਕਹਿੰਦੇ ਸੋ ਸ਼ੁਕਰਾਨਾ ਹੈ ਧੰਨ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਿਵਾਜ ਮੇਰ ਕਰਕੇ ਸ਼ਬਦ ਲਈ ਦਾ ਬਖਸ਼ੀ ਹੈ ਆਪ ਜੀ ਦੇ ਚਰਨਾਂ ਤੱਕ ਸਾਡੀ ਪਹੁੰਚ ਹੈ ਸਾਡੀ ਸ਼ਾਨ ਹੈ ਧੰਨਵਾਦ ਸਤਿਕਾਰਯੋਗ ਬਾਬਾ ਜੀ ਜਿਹੜੇ ਹਮੇਸ਼ਾ ਨਿਮਾਣਿਆਂ ਦੇ ਅੰਤਾਣਿਆਂ ਕਰਨ ਨਾਲ ਰਿਵਾਜ ਦੇ ਹਨ ਪਿਆਰ ਦੇ ਹਨ ਅਸੀਸ ਦਿੰਦੇ ਹਨ ਸਤਿਕਾਰਯੋਗ ਭਾਈ ਜਸਵਿੰਦਰ ਸਿੰਘ ਜੀ ਇਸ ਨਗਰ ਦੇ ਸਮੂਹ ਇਸ ਇਲਾਕੇ ਦੀ ਸਮੂਹ ਸਾਧ ਸੰਗਤ ਹੈ ਸਾਰੇ ਰਾਜੇ ਸਾਹਿਬਾਨ ਜਿਹੜੇ ਵੀ ਸ਼ਾਦੀ ਸਾਹਿਬਾਨ ਮੇਰੇ ਜਿੰਨੇ ਬੈਠੇ ਸਾਰਿਆਂ ਦਾ ਪਰਿਵਾਰ ਜੀ ਅਸੀਸ ਬਖਸ਼ੋ ਪਤੇ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ।